ਵਿਦਿਆਰਥੀਓ ਸਵਾਗਤ ਹੈ ਚੈਨਲ ਵਿੱਚ حاضر ਹਾਂ ਅਗਲੀ ਵੀਡੀਓ ਲੈ ਕੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਪਾਠ ਪ੍ਰਾਰਥਨਾ ਦੇ ਵੱਡੇ ਪ੍ਰਸ਼ਨ ਉੱਤਰ ਤੇ ਚੈਨਲ ਤੇ ਨਵੇਂ ਹੋ ਤਾਂ ਉਸ ਨੂੰ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਵਾਲੀ ਸਾਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਪਾਉਣ ਸਕਣ ਜੇ ਤੁਸ ਦੇ ਇਸ ਦਾ ਸੰਖੇਪ ਸਾਰ ਤੇ ਵੈਰੀ ਸ਼ਾਰਟ ਕੁਐਸਚਨ ਆਨਸਰਸ ਦੇਖਣੇ ਹਨ ਤਾਂ ਤੁਸੀਂ ਚੈਨਲ ਤੇ ਜਾ ਸਕਦੇ ਹੋ ਤੇ ਆਓ ਸ਼ੁਰੂ ਕਰਦੇ ਹਾਂ ਆਪਾਂ ਲੌਂਗ ਕੁਐਸਚਨ ਆਨਸਰਸ ਪਾਠ ਪ੍ਰਾਰਥਨਾ ਕਦੋਂ ਤੇ ਕਿਉਂ ਕੀਤੀ ਜਾਂਦੀ ਹੈ ਤੇ ਇਸ ਦਾ ਉੱਤਰ ਹੈ ਸਿੱਖ ਧਰਮ ਵਿੱਚ ਅਰਦਾਸ ਦੀ ਇੱਕ ਖਾਸ ਸਹਿਮiyet ਹੈ ਕੋਈ ਅਫਸਰ ਐਸਾ ਨਹੀਂ ਜੋ ਸਿੱਖ ਲਈ ਬਿਨਾਂ ਅਰਦਾਸ ਹੋਵੇ ਔਖੀ ਘੜੀ ਵੇਲੇ ਅਰਦਾਸ ਕੀਤੀ ਜਾਂਦੀ ਹੈ ਸਿੱਖ ਧਰਮ ਵਿੱਚ ਹਰ ਸੰਸਾਰਕ ਮੌਕੇ ਜਿਵੇਂ ਜਨਮ ਵਿਆਹ ਮਰਨ ਆਦਿ ਤੇ ਅਰਦਾਸ ਕੀਤੀ ਜਾਂਦੀ ਹੈ ਤਾਂ ਜੋ ਕਾਰਜ ਆਸਾਨੀ ਨਾਲ ਨਿਪਰੇ ਚੜ ਸਕੇ ਖੁਸ਼ੀਆਂ ਵਾਦਦੀਆਂ ਰਹਿਣ ਪਾਣਾ ਮੰਨਣ ਦੀ ਸਮਰੱਥਾ ਮਿਲੇ ਜਿੱਤ ਹਾਸਲ ਹੋਵੇ ਕੁਲ ਮਿਲਾ ਕੇ ਪਰਮੇਸ਼ਰ ਨੂੰ ਆਪਣੇ ਅੰਗ ਸੰਗ ਮਹਿਸੂਸ ਕੀਤਾ ਜਾ ਸਕੇ ਪ੍ਰਸ਼ਨ ਨੰਬਰ 2 ਹੈ ਪ੍ਰਸਿੱਧ ਲੇਖਕ ਆਸਕਰ ਵਾਈਲਡ ਦੇ ਅਰਦਾਸ ਬਾਰੇ ਕੀ ਵਿਚਾਰ ਹਨ ਤੇ ਇਸ ਉੱਤਰ ਹੈ ਵਾਈਲਡ ਅਨਸਾਰ ਮਨੁੱਖ ਦੀ ਅਰਦਾਸ ਦਾ ਉੱਤਰ ਮਿਲਣਾ ਹੀ ਨਹੀਂ ਚਾਹੀਦਾ ਕਿਉਂਕਿ ਅਰਦਾਸ ਦਾ ਉੱਤਰ ਮਿਲਨ ਤੇ ਉਹ ਅਰਦਾਸ ਨਾ ਰਹਿ ਕੇ ਖਤੋ ਕਿਤਾਬਤ ਦਾ ਸਿਲਸਿਲਾ ਬਣ ਜਾਂਦੀ ਹੈ ਪ੍ਰਸ਼ਨ ਨੰਬਰ 3 ਹੈ ਸਿੱਖ ਧਰਮ ਵਿੱਚ ਅਰਦਾਸ ਦੀ ਕੀ ਮਹੱਤਤਾ ਹੈ ਤੇ ਇਸ ਦਾ ਉੱਤਰ ਹੈ ਸਿੱਖ ਧਰਮ ਵਿੱਚ ਅਰਦਾਸ ਚੜ੍ਹਦੀ ਕਲਾ ਦਾ ਸਾਧਨ ਹੈ ਅਰਦਾਸ ਦਾ ਆਰੰਭ ਤਾਂ ਨਿੱਜੀ ਯਾchna ਤਾਂ ਹੁੰਦਾ ਹੈ ਇਸ ਦਾ ਅੰਤ ਸਰਬੱਤ ਦੇ ਭਲੇ ਨਾਲ ਹੁੰਦਾ ਹੈ ਸਰਬੱਤ ਦੇ ਭਲੇ ਦਾ ਭਾਵ ਆਉਂਦਿਆਂ ਹੀ ਮਨੁੱਖ ਦੇ ਮਨ ਦੇ ਸਾਰੇ ਨੁਕਸ ਦੂਰ ਹੋ ਜਾਂਦੇ ਹਨ ਇਸੇ ਦਾ ਨਾਂ ਚੜ੍ਹਦੀ ਕਲਾ ਹੈ ਸਿੱਖ ਅਰਦਾਸ ਰਹੀਂ ਇਸ ਅਵਸਥਾ ਦੀ ਪੂਰਨਤਾ ਇੱਕ ਮਹੱਤਵਪੂਰਨ ਘਟਨਾ ਹੈ ਪ੍ਰਸ਼ਨ ਨੰਬਰ 4 ਹੈ ਪ੍ਰਾਰਥਨਾ ਕਰਨ ਨਾਲ ਕੈਦੀ ਦੇ ਵਿਹਾਰ ਵਿੱਚ ਕਿਹੋ ਜਿਹੀ ਤਬਦੀਲੀ ਆਈ ਇਸ ਉੱਤਰ ਹੈ ਪ੍ਰਮਾਤਮਾ ਅਗੇ ਅਰਦਾਸ ਕਰਨ ਨਾਲ ਉਸ ਦੇ ਵਰਤੋਂ ਵਰਤਾਰੇ ਵਿੱਚ ਤਬਦੀਲੀ ਆ ਗਈ ਉਹ ਆਪਣੇ ਆਪ ਨੂੰ ਅਨੰਦਿਤ ਮਹਿਸੂਸ ਕਰਨ ਲੱਗ ਪਿਆ ਉਸ ਦਾ ਪ੍ਰਮਾਤਮਾ ਤੇ ਭਰੋਸਾ ਬਣ ਗਿਆ ਉਸ ਦੀ ਦਇਆ ਤੇ ਕੋਈ ਸ਼ੱਕ ਨਾ ਰਿਹਾ ਉਸ ਦਾ ਮਨ ਸ਼ਾਂਤ ਹੋ ਗਿਆ ਉਹ ਮਿੱਠਾ ਬੋਲਣ ਲੱਗ ਪਿਆ ਤੇ ਹਰ ਕਿਸੇ ਨਾਲ ਨਿਮਰਤਾ ਨਾਲ ਪੇਸ਼ ਆਉਣ ਲੱਗਾ ਪ੍ਰਸ਼ਨ ਨੰਬਰ 5 ਹੈ ਮਹਾਰਾਜਾ ਰਣਜੀਤ ਸਿੰਘ ਨੇ ਕੈਦੀ ਦੀ ਸਜ਼ਾ ਮਾਫ ਕਿਉਂ ਕਰ ਦਿੱਤੀ ਇਸ ਉੱਤਰ ਹੈ ਮਹਾਰਾਜਾ ਰਣਜੀਤ ਸਿੰਘ ਰੋਹਤਾਸ ਦੇ ਡੇਰੇ ਆਏ ਰਾਤ ਨੂੰ ਸਿਹਤ ਢਿੱਲੀ ਹੋ ਗਈ ਦਵਾਈਆਂ ਵੀ ਅਸਰ ਨਹੀਂ ਕਰ ਰਹੀਆਂ ਸਨ ਅੱਧੀ ਰਾਤ ਹੋ ਗਈ ਨੀਂਦ ਨਾ ਆਈ ਉੱਠ ਕੇ ਪ੍ਰਮਾਤਮਾ ਅੱਗੇ ਅਰਦਾਸ ਅੱਗੇ ਨੀਂਦ ਲਈ ਅਰਜ਼ੋਈ ਕੀਤੀ ਸਵੇਰੇ ਉੱਠਦੇ ਹੀ ਵਾਹਿਗੁਰੂ ਸਿਰਜਨਹਾਰ ਦੇ ਧੰਨਵਾਦ ਵੱਜੋਂ ਕਿਸੇ ਭਾਰੇ ਕੈਦੀ ਨੂੰ ਛੁਟਕਾਰਾ ਦੇਣ ਦਾ ਮਨ ਬਣਾਇਆ ਇਸ ਲਈ ਉਹਨਾਂ ਨੇ ਵਜ਼ੀਰ ਧਿਆਨ ਸਿੰਘ ਦੀ ਸਲਾਹ ਮੰਨ ਕੇ ਕੈਦੀ ਦੀ ਸਜ਼ਾ ਮਾਫ ਕਰ ਦਿੱਤੀ ਹਾਲਾਂਕਿ ਉਸ ਕੈਦੀ ਦਾ ਬਦਲਾ ਹੋਇਆ ਵਤੀਰਾ ਵੀ ਇੱਕ ਕਾਰਨ ਸੀ ਪ੍ਰਸ਼ਨ ਨੰਬਰ 6 ਹੈ ਕੈਦੀ ਨੇ ਆਪਣੀ ਰਿਹਾਈ ਸਮੇਂ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਕਿਹਾ ਉੱਤਰ ਹੈ ਉਸਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਉਹ ਉਹਨਾਂ ਦੀ ਕਿਰਪਾ ਨਾਲ ਹੀ ਧਾੜਵੀ ਤੋਂ ਸਰਦਾਰ ਬਣਿਆ ਉਹਨਾਂ ਦੀ ਕੈਦ ਵਿੱਚ ਰਹਿ ਕੇ ਉਹ ਉਸ ਪਰਮਾਤਮਾ ਦੇ ਪਿਆਰ ਨੂੰ ਜਾਣ ਸਕਿਆ ਉਹ ਸੱਚੀ ਖੁਸ਼ੀ ਮਹਿਸੂਸ ਕਰ ਰਿਹਾ ਹੈ ਉਹ ਉਸ ਦੇ ਪ੍ਰੇਮ ਵਿੱਚ ਮਗਨ ਹੈ ਉਸ ਦੀ ਦਇਆ ਨਾਲ ਹੀ ਉਸ ਨੂੰ ਕੈਦ ਤੋਂ ਮੁਕਤੀ ਮਿਲੀ ਹੈ ਹੁਣ ਉਹੀ ਪ੍ਰਮਾਤਮਾ ਉਸ ਨੂੰ ਇਸ ਭਵਜਲ ਤੋਂ ਛੁਟਕਾਰਾ ਬਖਸ਼ਿਗਾ ਪ੍ਰਸ਼ਨ ਨੰਬਰ 7 ਹੈ ਲੇਖਕ ਅਨੁਸਾਰ ਮਨੁੱਖ ਨੂੰ ਸਮਾਜ ਉਸ ਕਿਵੇਂ ਵਿਚਰਨਾ ਚਾਹੀਦਾ ਹੈ ਇਸ ਦਾ ਉੱਤਰ ਹੈ ਲੇਖਕ ਅਨੁਸਾਰ ਮਨੁੱਖ ਨੂੰ ਆਪਣੇ ਪਾਪ ਬਖਸ਼ਾ ਕੇ ਪ੍ਰਭੂ ਦੇ ਨਾਮ ਰੂਪ ਕੇਪ ਨੂੰ ਲੱਗ ਲੈਣਾ ਚਾਹੀਦਾ ਹੈ ਤੇ ਪ੍ਰਮਾਤਮਾ ਦੀ ਦਰਗਾਹ ਚੱਲਣਾ ਚਾਹੀਦਾ ਹੈ ਜਿੱਥੇ ਭਲੇbure kammon ਤੋਂ छुटकारा ਮਿਲ ਜਾਂਦਾ ਹੈ ਉਸ ਨੂੰ ਸੰਸਾਰ ਵਿੱਚ ਸ਼ੁੱਧ ਵਿਹਾਰ ਰੱਖਣਾ ਚਾਹੀਦਾ ਹੈ ਤੇ ਚਿੱਤ ਕਰਤਾਰ ਵੱਲ ਰੱਖਣਾ ਚਾਹੀਦਾ ਹੈ ਅਤੇ ਸਦੇਵ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ 얘 ਬੱਚਿਓ ਇਸੀ ਆਪਣੇ ਵੈਰੀ ਲੌਂਗ ਕੁਐਸਚਨ ਆਨਸਰਸ ਵੱਡੇ ਪ੍ਰਸ਼ਨ ਉੱਤਰ ਤੇ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ